दवाइयाँ दी दुकान यही लगती है। यही है, ये जर गया, कितों खुलदा, जमाना भी ना पता नहीं लगता। बेटा दवाइयां दी दुकान? हाँ जी। हाँ एक मिनट देनी है। ए देखिया जी, सारी दवाइयां चाहिए? हाँ सारी मिल जाएंगी। हाँ जी मिल जाएंगी जी। ਇਹਦੇ ਤੇ ਲਿਖ ਦੇਣਾ ਕਿੱਦਾਂ ਕਿੱਦਾਂ ਖਾਣੀ ਹੈ, ਹੈ ਪੇਪਰ ਅਲੱਗ ਅਲੱਗ ਬਣਾ ਕੇ ਨਾ। ਠੀਕ ਹੈ ਜੀ। ਹੈ ਅੱਡ ਅੱਡ ਬਣਾ ਕੇ ਲਿਖ ਦੇਣਾ ਪਲੀਜ਼, ਹਾਂ ਕਿ ਕਿੱਦਾਂ ਕਿੱਦਾਂ ਖਾਣੀ ਹੈ। ਹੋਰ ਹੋ ਗਿਆ ਬਸ? ਹਾਂ ਜੀ ਹੋ ਗਿਆ ਜੀ। ਹਾਂ ਲਿਖ ਦਿਓ ਬਸ, ਹਾਂ ਲਿਖ ਦਿਓ ਇਹਦੇ ਤੇ। ਦੱਸਿਆ ਜੀ ਕਿੰਨੇ ਦੀਆਂ ਹੋਈਆਂ? ਖੰਘ ਦੇ ਪਾ ਦਿੱਤੇ ਨਾ ਬੱਚਾ? ਡਾਲ ਦੀ ਜੀ। ਹਾਂ ਹਾਂ ਕਿੰਨੇ ਪੈਸੇ ਹੋਏ ਪੁੱਤ? ਤੁਹਾਡੇ 1500 ਰੁਪਏ ਹੋ ਗਏ ਜੀ। ਹਾਂ ਅੱਛਾ ਕਿੰਨੇ ਦਿਨ ਦੀ? खराब हो जाएगा अगर आप आधे लोगे। फिर कोई दवाई घटा सकते हैं बच्चों? हाँ दवाई कम कर सकते हैं। दवाई घट कर दे फिर तुसी। ठीक है जी। ਪੈਕ ਕਰਕੇ ਪੁੱਤਰ ਲਿਖ ਦੇਣਾ ਉਹਦੇ ਤੇ, ਹੈਂ ਕਦੋਂ ਕਿਸ ਤਰ੍ਹਾਂ ਲੈਣੀ ਹੈ ਨਾ। ਠੀਕ ਹੈ। ਹਾਂ ਉਹ ਲਿਖ ਦੇਣਾ। ਸਾਢੇ 600 ਹੋ ਗਿਆ ਆਪਕੇ? ਹਾਂ ਸਾਹਿਬ ਠੀਕ ਗੱਲ ਹੈ। ਹਾਂਜੀ ਹਾਂਜੀ ਬਿਲਕੁਲ ਠੀਕ ਹੈ। ਅੱਛਾ ਦੇਖਦੀ ਆ ਇਹ ਕਿੰਨੇ ਹੋਏ ਪੁੱਤ? ਇਹ 600 ਰੁਪਏ ਹੋ ਗਏ ਮਾਤਾ। ਕਿੰਨੇ ਕਹੇ ਸੀਗੇ? 650। ਅੱਛਾ ਕਿੰਨੇ? 600 ਦੇ ਤੇ। ਹੈਂ ਹਾਂਜੀ ਇਹ ਦੇਖਿਆ ਜੇ ਪੁੱਤ? ਇੱਕ ਮਿੰਟ ਬੇਟਾ। ਹਾਂ ਤੇ ਇਹ ਇਹ ਦੇਖਿਆ ਜੇ ਕਿੰਨੇ? 650 ਹੈ ਇਹ। अच्छा बेटा मेरे को ना यही पैसे ने। अच्छा। मैं बस से दोबारा जाना भी है पिंड। अच्छा जी। अच्छा कोई नहीं तुसी 20 रुपए रख लियो। अच्छा तुसी जदो दोबारा मैं दे जांगे पुत्र। हाँ आंदे जांदे मैं पक्का दे जांगी। कोई गल नहीं। हैं तुसी लिखती हैं दवाइयां सारियां? थैंक यू बेटा, शुक्रिया बेटा, शुक्रिया। एक मिनट बस बेटा। हाँ एक मिनट। की ना की है दुकान दा पुत्र? दुकान दा नाम जी आलू जी पार्ट आलू जी। अच्छा हाँ आलू जी ठीक है, मैं आते जाते पक्का दे जाऊंगी पुत्र। हाँ ठीक है, थैंक यू, जिंदर बेटा, शुक्रिया बेटा, थैंक यू थैंक यू, शुक्रिया। पता नहीं कितने बजे थे, बस किन
ਕਿੰਨਾ ਘੇਰਾ ਹੈ ਲੱਗਿਆ ਸੀਗਾ ਪਹਿਲਾਂ ਆਈ ਸੀ ਤਾਂ ਜਰ ਗਿਆ ਹੈ ਚਸ਼ਮਾ ਵੀ ਨਹੀਂ ਟਿਕਦਾ ਗਾ ਹੁਣ ਕਿੰਨਾ ਘੇਰਾ ਹੈ ਲੱਗਿਆ ਮਾਤਾ ਦਿਖਦਾ ਨਹੀਂ ਤੁਹਾਨੂੰ ਤੁਸੀਂ ਵਿਚਾਲੇ ਤੁਰੀ ਜਾਂਦੇ ਹੋ ਗੱਬੇ ਤੁਰੀ ਜਾਂਦੇ ਹੋ ਮੈਂ ਹਾਰਨ ਤੇ ਹਾਰਨ ਮਾਰੀ ਜਾਂਦਾ ਗਾ ਤੁਸੀਂ ਸਾਈਡ ਤੇ ਵੀ ਹੋ ਕੇ ਤੁਰ ਲਿਆ ਕਰੋ ਸੌਰੀ ਬੇਟਾ ਧਿਆਨ ਰੱਖਦੇ ਹਾਂ ਕੀ ਹੋ ਗਿਆ ਮਾਤਾ ਕੁਝ ਨਹੀਂ ਪੁੱਤਰ ਮਾਤਾ ਕੀ ਹੋ ਗਿਆ ਜੀ ਕੀ ਹੋ ਗਿਆ ਕੁਝ ਨਹੀਂ ਕੀ ਹੋ ਗਿਆ ਮਾਤਾ ਦੱਸੋ ਫਿਰ ਵੀ ਕੀ ਹੋ ਗਿਆ ਜੀ ਕੁਝ ਨਹੀਂ ਬਸ ਤੁਸੀਂ ਵਿੰਡੋਂ ਦਵਾਈ ਲੈਣ ਆਈ ਸੀ ਅੱਛਾ ਜੀ ਥੋੜੇ ਪੈਸੇ ਘੱਟ ਪੈ ਗਏ ਅੱਛਾ ਅੱਛਾ ਤਾਂ ਬਸ ਲੈ ਲਈ ਮਾਤਾ ਮੈਂ ਦੇ ਦੇਣਾ ਪੈਸੇ ਪੈਸੇ ਮੈਂ ਦੇ ਦੇਣਾ ਮਾਤਾ ਮੈਨੂੰ ਵੀ ਆਪਦਾ ਪੁੱਤ ਸਮਝੋ ਜੀ ਤੁਸੀਂ ਕੋਈ ਗੱਲ ਨੀ ਤੁਸੀਂ ਜਾਣ ਮਾਤਾ ਤੁਸੀਂ ਨੇ ਕਿਤੇ ਜਾਣਾ ਗਾ ਤਾਂ ਮੈਂ ਛੱਡਿਆ ਨਾ ਜੀ ਤੁਹਾਨੂੰ ਨਹੀਂ ਨਹੀਂ ਇੰਨਾ ਬਹੁਤ ਹੋ ਗਿਆ ਮੈਂ ਦਵਾਈ ਇੱਕੋ ਚੱਕਰ ਚ ਲੈ ਜਾਂਗੀ ਨਾ ਮਾਤਾ ਜੇ ਕੋਈ ਹੋਰ ਹੈਲਪ ਮੈਨੂੰ ਪਲੀਜ਼ ਨਹੀਂ ਹੋਰ ਹੈਲਪ ਕਰਨੀ ਤਾਂ ਦੱਸੋ ਜੀ ਜਿੰਦਾ ਸੌਰੀ ਮਾਤਾ ਮੈਨੂੰ ਪਤਾ ਨਹੀਂ ਸੀ ਤੁਸੀਂ ਇੰਨੇ ਦੁਖੀ ਹੋ ਕੋਈ ਗੱਲ ਨਹੀਂ ਬੇਟਾ ਕੋਈ ਗੱਲ ਮਾਤਾ ਮੈਂ ਤੁਹਾਨੂੰ ਛੱਡ ਦੇਣਾ ਜੀ ਜੇ ਕਹਿੰਦੇ ਹੋ ਨਹੀਂ ਨਹੀਂ ਥੈਂਕ ਯੂ ਪੁੱਤ ਜਿੰਦਾ ਰਹਿ ਠੀਕ ਹੈ ਜਿੰਦਾ ਰਹਿ ਬੇਟਾ ਚਲੋ ਠੀਕ ਮਾਤਾ ਥੋੜਾ ਜਾ ਨਾ ਅੱਗੇ ਤੋਂ ਸਾਈਡ ਤੇ ਹੋ ਕੇ ਚੱਲਿਆ ਕਰੋ ਅੱਗੇ ਮਤਲਬ ਵੀ ਕੋਈ ਗੱਡੀ ਵਾਲਾ ਫੇਟ ਮਾਰ ਕੇ ਵਗ ਜਾਓ ਤੁਹਾਨੂੰ ਹਾਂ ਮਾੜਾ ਸਾਈਡ ਤੇ ਹੋ ਕੇ ਚੱਲਿਆ ਕਰੋ ਥੈਂਕ ਯੂ ਬੇਟਾ ਥੈਂਕ ਯੂ ਪੈਣਾ ਨਾ ਮੈਂ ਕਿੱਧਰੋਂ ਆਈ ਸੀ ਥੈਂਕ ਯੂ ਬੇਟਾ ਕਿੱਧਰੋਂ ਇੱਕ ਮਿੰਟ ਬੈਠ ਜਾਂਦੀ ਹਾਂ ਫਿਰ ਦੇਖਦੇ ਹਾਂ ਕਿੱਧਰੋਂ ਆਈ ਸੀ ਹਾਏ ਰੱਬਾ ਜੇ ਅੰਦਰ ਹੈ ਬੇਟਾ ਕਿੱਧਰੋਂ ਆਈ ਸੀ ਇੱਧਰੋਂ ਆਈ ਸੀ ਪਰਸ 'ਚ ਰੱਖ ਲਓ ਪੈਸੇ ਹਾਂ ਪਤਾ ਨਹੀਂ ਲੱਗਦਾ ਓਫੋ ਕੌਣ Thank you.